ਵੀਰਸ ਬ੍ਰੇਕਟ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਵੀਰ ਕੁਲਦੀਪ ਸਿੰਘ ਜਿਹਦੀ 스ਵੇਡਨ ਤੋਂ ਇਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਬਾਦਲ ਪਰਵਾਰ ਬੀਜੇਪੀ ਦੀ ਆਸਤੇ 15 ਸਾਲ ਰਾਜ ਕਰਨ ਦੀਆਂ ਡਿੰਗਾ ਮਾਰਦੇ ਸੀ ਉਹੀ ਬੀਜੇਪੀ ਅੱਜ ਬਾਦਲ ਨੂੰ ਪਿੱਛੇ ਕਰਕੇ ਪੰਜਾਬ ਨੂੰ ਬਾਦਲ ਦਾ ਬਦਲ ਦੇ ਰਹੇ ਨੇ ਐਨਾ ਹਾਲਾਤਾਂ ਵਿੱਚ ਵੀ ਬਾਦਲ ਨੂੰ ਛੱਡਣਗੇ ਨਹੀਂ ਪੰਜਾਬ ਚ ਚਾਹੇ ਬੀਜੇਪੀ ਦੀ ਸਰਕਾਰ ਬਣ ਜਾਵੇ ਪਰ ਸ਼੍ਰੋਮਣੀ ਕਮੇਟੀ ਤੇ ਇਹ ਬਾਦਲ ਦਾ ਹੀ ਕਬਜ਼ਾ ਰੱਖਣਗੇ ਅਸਿੱਧੇ ਰੂਪ ਵਿੱਚ ਇਹ ਕਹਿ ਲਵੋ ਕਿ ਬੀਜੇਪੀ ਦਾ ਕਬਜ਼ਾ ਜੀਰਸਾਨ ਅ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਸਵਿਡਨ ਤੋਂ ਲਿਖਿਆ ਅ ਇਨਫੈਕਟ ਇਹਨਾਂ ਦੇ ਦਾਅਵੇ 15 ਸਾਲ ਦੇ ਨਹੀਂ ਸੀ 25 ਸਾਲ ਦੇ ਸੀ ਜੀ ਕਿ ਜੀ ਅਸੀਂ 25 ਸਾਲ ਰਾਜ ਕਰਾਂਗੇ ਸਾਰਿਆਂ ਦੇ ਸੀ ਸਾਲਾ ਆਪਣਵਈਆ ਵਿਕਰਮ ਮਜੀਠੀਆ ਪੂਰੇ ਦਾਅਵੇ ਨਾਲ ਸੋ ਉਹ ਫੂਕ ਤਾਂ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਕੱਢ ਦਿੱਤੀ ਜੀ ਜੇ ਜਿੱਥੇ ਇਹਨਾਂ ਨੂੰ ਨਜ਼ਰ ਆ ਗਿਆ ਕਿ ਲੋਕਾਂ ਨੇ ਨਕਸ਼ਾ ਦਿਖਾ ਦਿੱਤਾ ਔਰ ਹੁਣ ਵੀ ਜਿਵੇਂ ਇਹਨਾਂ ਨੇ ਤਲਵੰਡੀ ਸਾਬੋ ਦੀ ਸੀਟ ਜਿੱਤੀ ਹੈ ਪੈਸੇ ਵੰਡ ਕੇ ਘਰ ਘਰ ਔਰ ਇਵਨ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਜੀ ਕੱਲ ਮੈਂ ਉਹਨਾਂ ਦੀ ਸਟੇਟਮੈਂਟ ਦੇਖ ਰਿਹਾ ਸੀ ਕਿ ਵੀ ਉਹਨਾਂ ਦਾ ਪਿੰਡ ਰਾਮ ਤੀਰਤ ਜੱਗਾ ਹੈ ਸਾਬੋ ਕੀ ਤਲਵੰਡੀ ਹਲਕੇ ਚ ਪੈਂਦਾ ਉਹਨਾਂ ਨੇ ਕਿਹਾ ਵੀ 40 ਲੱਖ ਰੁਪਏ ਹੈ ਸਿਰਫ ਮੇਰੇ ਹਲਕੇ ਚ ਮੇਰੇ ਪਿੰਡ ਦੇ ਵਿੱਚ ਹੀ ਵੰਡਿਆ ਗਿਆ ਜੀ ਸੋ ਕਿੰਨੇ ਕਰੋੜ ਖਰਚ ਕੀਤੇ ਨੇ ਖਰੀਦੀਆਂ ਹੀ ਨੇ ਵੋਟਾਂ ਔਰ ਗੁੰਡਾਗਰਦੀ ਪੂਰੀ ਕੀਤੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੀ ਭਾਜੀਪੀ ਨੇ ਆਲਰੇਡੀ ਇਹਨੂੰ ਬਾਦਲ ਨੂੰ ਨਕਸ਼ਾ ਜਿਹੜਾ ਹੈ ਉਹ ਦਿਖਾ ਦਿੰਦਾ ਹੈ ਵੀ ਆਂਡਵਾੜੇ ਸਮੇ ਦਾ ਮੈਪ ਪੰਜਾਬ ਦਾ ਕੀ ਹੋਏਗਾ ਜੀ ਸ਼ੀਸ਼ਾ ਵੀ ਦੇ ਸਾਹਮਣੇ ਕਰ ਦਿੰਦਾ ਜਿਸ ਤਰੀਕੇ ਨਾਲ ਹਰਿਆਣਾ ਕਮੇਟੀ ਦੇ ਮੁੱਦੇ ਤੇ ਇਨੇ ਰੋੜਾ ਪਾਇਆ ਮੈਂ ਸ਼ੀਦੀ ਬਾਜਾਂਗਾ ਕਾਲ ਤਖਤ ਤੇ ਮੋਰਚਾ ਲਾ ਦੇਵਾਂਗਾ ਦਿੱਲੀ ਦੌੜਿਆ ਉਹਨਾਂ ਨੇ ਪਤਾ ਨਹੀਂ ਕੰਨ ਚ ਕੀ ਕਿਹਾ ਕੋਈ ਫਾਈਲ ਦਿਖਾਤੇ ਹੋਣੀ ਆ ਉਹਦੀ ਕਿ ਵੀ ਤੇਰੀਆਂ ਕਰਤੂਤਾਂ ਅਸੀਂ ਕੱਢਾਂਗੇ ਬਾਹਰ ਜੀ ਉਦੋਂ ਦਾ ਨਾ ਮੋਰਚੇ ਦਾ ਨਾਮ ਲੈਂਦਾ ਨਾ ਸ਼ੀਦੀ ਦਾ ਨਾਮ ਲੈਂਦਾ ਹਰਿਆਣਾ ਵੀ ਹੁਣ ਉਹ ਮਹਾਰਾਸ਼ਟਰ ਚ ਚਾਰ ਮੈਂਬਰ ਸੀ ਸ਼੍ਰੋਣੀ ਕਮੇਟੀ ਦੇ ਨੋਮੀਨੇ ਨੋਮੀਨੇਟ ਹੁੰਦੇ ਸੀ ਉਹਦੇ ਚ ਇੱਕ ਰਹਿਣ ਦਿੱਤਾ ਉਹਨਾਂ ਨੇ ਕਿ ਮਹਾਰਾਸ਼ਟਰ ਦੀ ਕੈਬਨਿਟ ਨਹੀਂ ਪਾਸ ਕਰਕੇ ਬਾਹਰ ਕੱਢਦੇ ਜੀ ਉਹ ਇੱਕ ਮਰਿਆ ਜਾ ਲੈਟਰ ਲਿਖਿਆ ਇਹਨੇ ਮੋਦੀ ਨੂੰ ਕਿ ਜੀ ਆ ਹੋ ਗਿਆ ਵਿਤਕਰਾ ਹੋ ਗਿਆ ਇਧਰ ਚੁੱਪ ਕਰਕੇ ਬੈਠੇ ਜੇ ਹਰਿਆਣੇ ਦੀ ਕਮੇਟੀ ਬਣਾਣਾ ਸ਼੍ਰੋਮਣੀ ਕਮੇਟੀ ਦੀ ਪਾਵਰ ਨੂੰ ਚੈਲੰਜ ਹੈ ਤੇ ਚਾਰ ਮੈਂਬਰਾਂ 'ਚੋਂ ਇੱਕ ਮੈਂਬਰ ਕਰਨਾ ਹੈ ਤਾਂ ਸਭ ਤੋਂ ਵੱਧ ਚੈਲੰਜ ਹੈ ਜੀ ਪਰ ਕਿਉਂਕਿ ਭਾਜਪੀ ਨੇ ਹੁਣ ਜਿਸ ਤਰੀਕੇ ਨਾਲ ਪਰਮਵੀਰ ਗਿੱਲ ਜਿਹੜਾ ਕਿ ਡਾਇਰੈਕਟਰ ਜਨਰਲ ਪੁਲਿਸ ਇਹਨੇ ਲਾਇਆ ਸੀ ਚੀਫ ਮਿਨਿਸਟਰ ਹੁੰਦੇ ਆ ਇਹਦੇ ਪੁੱਤਰ ਦਾ ਵੀ ਚਿਹਤਾ ਰਿਹਾ ਪਿਛਲੀਆਂ ਚੋਣਾਂ ਮੁੱਗੇ ਤੋਂ ਅਕਾਲੀ ਉਮੀਦਵਾਰ ਦੇ ਤੌਰ ਤੇ ਲੜੀਆਂ ਹਾਰਿਆ ਜਿਹੜਾ ਅਮਰਨਾਥ ਜੈਨ ਜਿੱਤਿਆ ਸੀ ਕਾਂਗਰਸ ਦਾ ਅਕਾਲੀਆਂ ਨੇ ਉਹਨੂੰ ਗਿੱਲ ਨੂੰ ਪਾਸੇ ਕਰਕੇ ਉਹਨੂੰ ਅਮਰਨਾਥ ਜੈਨ ਨੂੰ ਅਕਾਲੀ ਦਲ ਜੁਆਇਨ ਕਰਾ ਕੇ ਸੀਟ ਜਿਤਾਈ ਹੈ ਮੋਗੇ ਦੀ ਜੀ ਤੇ ਉਹੀ ਪਰਮਵੀਰ ਗਿੱਲ ਜਿਹੜਾ ਅਕਾਲੀਆਂ ਦਾ ਐਮਐਲਏ ਸੀ ਉਹ ਕਠੂਏ ਜਾ ਕੇ ਮਾਦੋਪੁਰ ਜਾ ਕੇ ਭਾਜਪੀ ਨੂੰ ਜੁਆਇਨ ਕਰ ਲਿਆ ਉਹਨੇ ਔਰ ਬਾਦਲ ਜਿਹੜਾ ਬੜੀ ਬੇਬਸੀ ਜੇ ਇਚ ਕਾਲ ਉਹਨੇ ਕਿਹਾ ਜੀ ਇਹ ਬੀਜੇਪੀ ਵਾਲੇ ਜਿਹੜਾ ਕੋਲੀਸ਼ਨ ਧਰਮ ਹੈ ਉਹਨੂੰ ਨਹੀਂ ਨਿਭਾ ਰਹੇ ਜੀ ਅਸੀਂ ਕਿਸੇ ਜਿਹੜਾ ਬੀਜੇਪੀ ਚ ਰਿਹਾ ਉਹਨੂੰ ਅਕਾਲੀਆਂ ਚ ਨਹੀਂ ਵੜਨ ਦਿਆਂਗੇ ਅਸੀਂ ਦਰਵਾਜ਼ੇ ਬੰਦ ਕੀਤੇ ਨੇ ਇਹ ਬੇਵਸੀ ਹੈ ਕਿ ਤੁਸੀਂ ਤਾਂ ਹੁਣ ਸਾਡੇ ਬੰਦੇ ਵੀ ਪੱਟ ਕੇ ਲਿਆ ਰਹੇ ਔਰ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਬਾਰ-ਬਾਰ ਮੋਹਨ ਪਾਗਵਦ ਦਾ ਸਿੱਖਾਂ ਨੂੰ ਹਿੰਦੂ ਦੱਸਣਾ ਔਰ ਇਹਨਾਂ ਦਾ ਬਿਲਕੁਲ ਪੀਜੀ ਬਿੱਲੀ ਬਣ ਕੇ ਬਹਿ ਜਾਣਾ ਤਰਲੇ ਕਰਕੇ ਹਰ ਸਿਮਰਤ ਨੂੰ ਮਨਿਸਟਰ ਬਣਾਇਆ ਪਿਓ ਪੁੱਤਰ ਉੱਥੇ ਗਏ ਦਿੱਲੀ ਗਏ ਫਿਰ ਗੁਜਰਾਤ ਮਗਰ ਗਏ ਮੋਦੀ ਦੇ ਜੀ ਪਤਾ ਨਹੀਂ ਕੀ ਕੀ ਕੀਤਾ ਉਹਨੂੰ ਬਣਾਉਣ ਦੇ ਲਈ ਸੋ ਕੋਲ ਮੜਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਜਪੀ ਨੇ ਆਪਣੇ ਤੌਰ 'ਤੇ ਔਰ ਭਾਜਪੀ ਦੇ ਜਿੰਨੇ ਪੰਜਾਬ ਦੇ ਲੀਡਰ ਨੇ ਉਹ ਲਗਾਤਾਰਤਾ ਨਾਲ ਜਾ ਕੇ ਉੱਥੇ ਕਹਿੰਦੇ ਨੇ ਜੀ ਛੱਡੋ ਅਸੀਂ ਆਪਣੇ ਤੌਰ ਤੇ ਔਰ ਇੰਨੇ ਕਿ ਗਰੀਡੀ ਅਪਰਚਨਿਸਟ ਜਿੱਦਾਂ ਦੀ ਫੌਜ ਬਾਦਲ ਨੇ ਇਕੱਠੀ ਕੀਤੀ ਹੈ ਉਦਾਂ ਦੇ ਲੋਕ ਤਿਆਰ ਨੇ ਭਾਜਪੀ ਭਾਜਪੀ ਪਿੱਛੇ ਵੀ ਜਾਣ ਨੂੰ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਪੱਗਾਂ ਨੇ ਨਹੀਂ ਨੇ ਇਹ ਤਾਂ ਉੱਥੇ ਹੀ ਕਹਿੰਨਾ ਗਰੀਡ ਕਲਚਰ ਖੜਾ ਕਰ ਦੁੱਤਾ ਉਹਨਾਂ ਨੂੰ ਪਾਵਰ ਚਾਹੀਦੀ ਹੈ ਉਹ ਚੋਰ ਦੇ ਕਾਲਾ ਚੋਰ ਦੇ ਕਿ ਤੂੰ ਪਾਵਰ ਆ ਜਾਏ ਸੋਨਾ ਲਈ ਬੀਜੇਪੀ ਹੋਵੇ ਕੋ ਹੋਰ ਹੋਵੇ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਹੁਣ ਆਪਣੀ ਤਾਕਤ ਨੂੰ ਕਿਵੇਂ ਅੱਗੇ ਤੋਰਨਾ ਉਸ ਦੇ ਫਿਕਰ ਦੇ ਵਿੱਚ ਨੇ ਉਹਦੇ ਲਈ ਇਹ ਅੱਡ ਇੱਕ ਇੱਕ ਫਾਰਮੂਲਾ ਕਦੇ ਕੌਮੀ ਫਾਰਮੂਲਾ ਕੱਢ ਲਿਆ ਸਿੱਖਾਂ ਦੀ ਕੌਮੀਅਤ ਵਾਲੀ ਗੱਲ ਨੂੰ ਬਾਹਰ ਲਿਆਓ ਜਿਵੇਂ ਬਾਦਲ ਨੇ ਡਰਾਮਾ ਕੀਤਾ ਹਰਿਆਣਾ ਕਮੇਟੀ ਦੇ ਮੁੱਦੇ ਤੇ ਜੀ ਕੋਈ ਹੋਰ ਕਰਨਗੇ ਸੋ ਕੁੱਲ ਮਿਲਾ ਕੇ ਜਿਵੇਂ ਅਸੀਂ ਦੇਖਦੇ ਹਾਂ ਕਿ ਬੀਜੇਪੀ ਦਾ ਐਂਬੀਸ਼ਨ ਤਾਂ ਬਹੁਤ ਵਧਿਆ ਹੋਇਆ ਹੈ ਉਹਨਾਂ ਪਿਛਲੀਆਂ ਹਰਿਆਣੇ ਦੀਆਂ ਪਾਰਲੀਮੈਂਟ ਚੋਣਾਂ 'ਚ ਉਹਨਾਂ ਨੇ ਉਹ ਜਿਹੜਾ ਇੱਕ ਕਾਤਲ ਸੀ ਉਹ ਵੀ ਸਖਾ ਦਾ ਭਜਨ ਲਾਲ ਉਹਦੇ ਮੁੰਡੇ ਨੇ ਇੱਕ ਹਰਿਆਣਾ ਵਿਕਾਸ ਪਾਰਟੀ ਬਣਾਈ ਹੋਈ ਆ ਬਿਸ਼ਨੋਈ ਜੀ ਉਹਦੇ ਨਾਲ ਲੜ ਕੇ ਚੋਣਾਂ ਲੜੀਆਂ ਸੀ ਉਦੋਂ ਉਹਦੇ ਨਾਲ ਇਕਰਾਰ ਕੀਤਾ ਸੀ ਜੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਅੱਧੀਆਂ ਸੀਟਾਂ ਵਿਕਾਸ ਪਾਰਟੀ ਨੂੰ ਔਰ ਤੂੰ ਚੀਫ ਮਨਿਸਟਰ ਹੋਏਗਾ ਹੁਣ ਹਰਿਆਣੇ ਦੀਆਂ 10 'ਚੋਂ 7 ਸੀਟਾਂ ਭਾਜਪੀ ਨੇ ਜਿੱਤੀਆਂ ਆਪਣੇ ਬਲਬੁੱਤੇ ਤੇ ਜਿਹੜੀਆਂ ਉਹਨੂੰ ਦਿੱਤੀਆਂ ਸੀ ਉਹ ਹਾਰੇ ਪਾਰਲੀਮੈਂਟ ਜੀ ਉਹਨੂੰ ਲੱਗਾ ਵੀ ਸਾਨੂੰ ਤਾਂ ਇਹਦੀ ਲੋੜ ਹੀ ਨਹੀਂ ਹੈ ਉਹਨੇ ਉਹਨੂੰ ਵੀ ਅੱਖਾਂ ਦਿਖਾਣੀਆਂ ਸ਼ੁਰੂ ਕੀਤੀਆਂ ਕੱਲ ਹੀ ਉਹਨੇ ਬਿਸ਼ਨੋਈ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਅਸੀਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਨਾਲੋਂ ਖੜਾ ਛੱਡਿਆ ਇਹਨਾਂ ਨੇ ਮੈਨੂੰ ਮੇਰੀ ਪਿੱਠ 'ਚ ਛੁਰਾ ਮਾਰਿਆ ਹੈ ਬਿਟ੍ਰੇ ਕੀਤਾ ਹੈ ਇਹਨਾਂ ਹੀ ਬਾਦਲ ਕਹੇਗਾ ਮਰਨ ਲੱਗੇ ਜਦੋਂ ਇਹ ਅੱਡੀਆਂ ਰਗੜੇਗਾ ਤੇ ਉਦੋਂ ਕਹੇਗਾ ਜੀ ਮੈਂ ਤਾਂ ਸਾਰੀ ਉਮਰ ਹੀ ਲਾਤੀ ਬੀਜੇਪੀ ਨੂੰ ਮੈਂ ਤਾਂ ਸਿੱਖਾਂ ਨੂੰ ਹਿੰਦੂ ਬਣਾਉਣ ਤੱਕ ਚਲਾ ਗਿਆ ਪਰ ਇਹਨਾਂ ਨੇ ਜਿਹੜਾ ਸਾਡੇ ਨਾਲ ਧੋਖਾ ਕੀਤਾ ਜੀ ਇਹੀ ਹੁਣ ਰੋਣ ਤੋਂ ਨਹੀਂ ਰਹਿ ਗਿਆ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਜਪੀ ਜਿਹੜੀ ਹੈ ਉਹ ਬਾਦਲ ਦਾ ਬਦਲ ਖੁਦ ਹੀ ਪੰਜਾਬ ਦੇ ਵਿੱਚ ਭਾਜਪੀ ਨੂੰ ਫੁੱਲ ਫਲੈਜਡ ਪਾਰਟੀ ਦੇ ਤੌਰ ਤੇ ਪਾਵਰ ਤੱਕ ਲੈ ਜਾਣਾ ਚਾਹੁੰਦੀ ਹੈ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਵੀਰ ਮੇਘਰਾਜ ਸਿੰਘ ਜੀ ਦੀ ਇਹ ਲਿਖਤੀਆਂ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਪੈਨਿਲ ਮੋਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਆਪ ਜੀ ਨੇ ਕੱਲ ਜ਼ਿਕਰ ਕੀਤਾ ਸੀ ਕਿ ਅਮਰੀਕਨ ਪੱਤਰਕਾਰ ਦੀ ਬੇਰਹਿਮੀ ਨਾਲ ਸੀਰੀਆ ਵਿੱਚ ਹੱਤਿਆ ਕਰ ਦਿੱਤੀ ਗਈ ਡਾਕਟਰ ਸਾਹਿਬ ਜੀ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਇੱਕ ਬੇਗੁਨਾਹ ਬੇਕਸੂਰਦੀ ਦੋਵੇਂ ਹੱਥ ਪਿੱਛੇ ਬਨ ਕੇ ਬੇਰੈਮੀ ਨਾਲ ਕਤਲ ਕੀਤਾ ਜੋ ਕਿ ਮਾਫੀ ਦੇ ਲਾਇਕ ਨਹੀਂ ਹੈ ਔਰ ਜੋ ਕੋਮਾ ਬੇਗੁਨਾਹ ਦਾ ਖੂਨ ਵਹਾ ਕੇ ਰਾਜ ਹਾਸਲ ਕਰਦੀਆਂ ਨੇ ਉਹ ਕੋਮਾ ਜ਼ਿਆਦਾ ਦਿਨ ਤੱਕ ਚੱਲ ਨਹੀਂ ਸਕਦੀਆਂ ਕਿਉਂਕਿ ਡਾਕਟਰ ਸਾਹਿਬ ਤੁਹਾਡੀ ਆਪਣੀ ਸਟੇਟਮੈਂਟ ਹੈ ਕਿ ਬੇਗੁਨਾਹ ਦਾ ਖੂਨ ਪਾਰਾ ਹੁੰਦਾ ਹੈ ਔਰ ਜਦ ਵੀ ਬੇਗੁਨਾਹ ਦਾ ਖੂਨ ਬੋਲਦਾ ਹੈ ਤਾਂ ਵੱਡੇ ਵੱਡੇ ਸਿੰਘਾਸਨ ਡੋਲ ਜਾਂਦੇ ਨੇ ਔਰ ਡਾਕਟਰ ਸਾਹਿਬ ਜੀ ਅਸੀਂ ਅਮਰੀਕਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਿੱਖ ਵਿਚਾਰੇ ਹਮੇਸ਼ਾ ਹੀ ਦੁੱਖ ਵਿੱਚ ਇਹਨਾਂ ਦੇ ਨਾਲ ਹਨ ਔਰ ਡਾਕਟਰ ਸਾਹਿਬ ਜੀ ਸਾਡਾ ਵੀ ਫਰਜ ਬੰਦਾ ਹੈ ਕਿ ਅਸੀਂ ਗੁਰਦੁਆਰੇ ਵਿੱਚ ਅਮਰੀਕਨ ਪੱਤਰਕਾਰ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਈਏ ਔਰ ਪੱਤਰਕਾਰ ਦੀ ਫੈਮਲੀ ਨੂੰ ਗੁਰਦੁਆਰੇ ਵਿੱਚ ਸੱਦ ਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਜਾਵੇ ਕਿ ਇਸ ਦੁੱਖ ਦੀ ਘੜੀ ਵਿੱਚ ਸਿੱਖ ਓਮ ਕੌਮ ਉਹਨਾਂ ਦੇ ਨਾਲ ਹੈ ਔਰ ਜੇ ਹੋ ਸਕੇ ਤਾਂ ਪੱਤਰਕਾਰ ਦੀ ਫੈਮਲੀ ਨੂੰ ਪੈਸੇ ਦੀ ਲੋੜ ਹੋਵੇ ਤਾਂ ਪੈਸੇ ਦੀ ਮਦਦ ਕੀਤੀ ਜਾਵੇ ਮਿਹਰਬਾਨੀ ਜੀ ਡਾਕਟਰ ਆ ਵੀਰ ਮੇਘ ਰਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਲਿਖਿਆ ਪੱਤਰਕਾਰ ਜੌਨ ਫੌਲੀ ਜਿਸ ਨੂੰ ਬੀ ਹੈਡ ਕੀਤਾ ਗਿਆ ਸਿਰ ਕਲਮ ਕੀਤਾ ਗਿਆ ਜੀ ਉਸ ਤੇ ਲਈ ਵੀ ਉਹਨਾਂ ਨੇ ਹਮਦਰਦੀ ਦੇ ਸ਼ਬਦ ਕਹੇ ਨੇ ਔਰ ਉਹਨਾਂ ਨੇ ਸਾਨੂੰ ਕੋਟ ਕੀਤਾ ਕਿ ਵੀ ਜਦੋਂ ਬੇਗੁਨਾਹ ਦਾ ਖੂਨ ਡੁੱਲਦਾ ਹੈ ਕਿਤੇ ਵੀ ਹੋਈ ਨਾ ਭਾਰਾ ਹੁੰਦਾ ਕਿ ਉਹਦੇ ਨਾਲ ਬੜੇ ਬੜੇ ਸਿੰਘਾਸਨ ਤਖਤ ਜਿਹੜੇ ਨੇ ਉਹ ਨਿਸ਼ਚੋ ਨਾਬੂਦ ਹੋ ਜਾਂਦੇ ਨੇ ਔਰ ਫਿਰ ਉਹਨਾਂ ਨੇ ਸੁਝਾਅ ਵੀ ਦਿੱਤਾ ਹੈ ਕਿ ਉਹਦੀ ਯਾਦ ਚ ਸਾਨੂੰ ਗੁਰਦੁਆਰਿਆਂ ਚ ਅਖੰਡ ਪਾਠ ਰੱਖ ਕੇ ਆਤਮਿਕ ਸ਼ਾਂਤੀ ਦੀ ਅਰਦਾਸ ਕਰਨੀ ਚਾਹੀਦੀ ਹੈ ਉਹਨਾਂ ਦੇ ਪਰਿਵਾਰ ਨੂੰ ਜੇ ਲੋੜ ਹੋਏ ਤਾਂ ਆਰਥਿਕ ਮਦਦ ਵੀ ਦੇਣੀ ਚਾਹੀਦੀ ਹੈ ਜੀ ਦੇਖੋ ਚੰਗੀ ਭਾਵਨਾ ਹੈ ਸ਼ਾਇਦ ਇਹ ਹੀ ਮੈਂ ਸਮਝਦਾ ਹਾਂ ਵੀ ਸਿੱਖੀ ਦੀ ਬਿਊਟੀ ਹੈ ਕਿ ਜਦੋਂ ਅਸੀਂ ਆਪ ਟ੍ਰੈਜੇਡੀ ਚੋਂ ਲੰਘ ਰਹੇ ਹਾਂ ਕੌਮ ਦੇ ਤੌਰ ਤੇ ਮੁਸ਼ਕਲਾਂ ਚੋਂ ਲੰਘ ਰਹੇ ਹਾਂ ਸਟਿਲ ਅਸੀਂ ਕਿਤੇ ਵੀ ਬੇਗੁਨਾਹ ਦੇ ਮਾਰੇ ਜਾਣ ਨੂੰ ਨਾ ਸਿਰਫ ਕੰਡੈਮ ਕਰਦੇ ਜੀ ਸਗੋਂ ਅਸੀਂ ਉਸ ਬਾਰੇ ਬਹੁਤ ਸੁਖੰਮ ਭਾਵਨਾਵਾਂ ਰੱਖਦੇ ਹਾਂ ਔਰ ਕਾਫੀ ਅੱਗੇ ਤੱਕ ਜਾ ਕੇ ਉਸ ਦੀ ਮਦਦ ਵੀ ਕਰਨਾ ਚਾਹੁੰਦੇ ਅ ਜਿੱਥੋਂ ਤੱਕ ਦੇਖੋ ਇੱਥੇ ਹੁੰਦਾ ਹੈ ਵੀ ਇੱਕ ਤਾਂ ਇਹਨਾਂ ਦੇ ਜਦੋਂ ਇਸ ਲੈਵਲ ਦਾ ਕੁਝ ਵੀ ਵਾਪਰਦਾ ਹੈ ਤੇ ਪਰਿਵਾਰਾਂ ਦੀ ਪ੍ਰਾਈਵੇਸੀ ਹੁੰਦੀ ਹੈ ਜੀ ਜਿੱਥੇ ਸਾਡਾ ਡਾਇਰੈਕਟ ਕਿਤੇ ਇਨਵੋਲਵਮੈਂਟ ਹੋਈ ਹੈ ਜਿਵੇਂ ਵਿਸਕੌਨਸਨ ਓਕਰੀਕ ਦੇ ਵਿੱਚ ਦੁਰਘਟਨਾ ਵਾਪਰੀ ਗੋਰੇ ਰੇਸਿਸਟ ਨੇ ਸਿੱਖਾਂ ਨੂੰ ਮਾਰਿਆ ਤੇ ਬ੍ਰਾਇਨ ਮਰਫੀ ਜਿਹੜਾ ਪੁਲਿਸ ਆਫੀਸਰ ਸੀ ਜਿਨੇ ਉਸ ਕਿਲਰ ਨੂੰ ਮਾਰਿਆ ਔਰ ਆਪ ਵੀ ਬੜਾ ਸੀਰੀਅਸਲੀ ਜ਼ਖਮੀ ਹੋਇਆ ਹੈ ਹਸਪੀਟਲ ਚ ਰਿਹਾ ਹੈ ਔਰ ਬਾਅਦ ਵਿੱਚ ਉਹਨੇ ਹੁਣ ਰਿਟਾਇਰਮੈਂਟ ਵੀ ਲੈ ਲਈ ਸ਼ਾਇਦ ਫੁੱਲੀ ਨੌਬਤ ਨਾ ਹੋ ਤਾਂ ਨਹੀਂ ਜੀ ਉਸ ਨੂੰ ਕਿਉਂਕਿ ਕਾਫੀ ਢੇਰ ਤਾਈਬਨ ਉਹਦੇ ਨਾਲ ਵੀ ਮੁਲਾਕਾਤ ਅਲਾਓ ਨਹੀਂ ਸੀ ਹੁੰਦੀ ਕਿਉਂਕਿ ਨਾ ਉਹਦਾ ਜੇ ਬਾਹਰ ਨਹੀਂ ਸੀ ਉਹ ਲਿਆਣਾ ਚਾਹੁੰਦੇ ਫਿਰ ਉਹ ਕਾਫੀ ਜਿਹੜੀ ਹੈ ਸੇਫਟੀ ਸਿਕਿਉਰਿਟੀ ਫੈਕਟਰ ਵੀ ਹੁੰਦੇ ਨੇ ਪਰ ਉਹਨੂੰ ਬ੍ਰਾਇਨ ਮਰਫੀ ਨੂੰ ਸਿੱਖਾਂ ਨੇ ਨਾ ਸਿਰਫ ਗੁਰਦੁਆਰੇ ਚ ਸੱਦ ਕੇ ਆਨਰ ਕੀਤਾ ਹੈ ਬਲਕਿ ਉਹਨਾਂ ਦੇ ਲਈ ਉਹਨਾਂ ਨੇ ਫਾਈਨੈਂਸ਼ੀਅਲ ਹੈਲਪ ਵੀ 어 অর इवन ਜਿਹੜੇ ਦੂਸਰੇ ਵੀ ਸੀ ਉਹਨਾਂ ਦੇ ਲਈ ਵੀ ਕੀਤੀ ਜਿਹੜਾ ਪੁਲਿਸ ਫੰਡ ਦੇ ਵਿੱਚ ਜਾਂਦਾ ਹੈ ਜੀ ਇਸ ਮਾਮਲੇ ਚ ਇਹ ਟੂ ਫੋਰਫਿਚਡ ਹੋਏਗਾ ਕਿਉਂਕਿ ਜੇ ਤਾਂ ਜਿਸ ਇਹ ਸ਼ਾਇਦ ਮੈਨੂੰ ਨਹੀਂ ਪਤਾ ਹੈ ਵੀ ਕਿਸ ਸਟੇਟ ਤੇ ਨੇ ਇਹ ਮੈਂ ਉਸ ਤੋਂ ਬਾਅਦ ਰਿਸਰਚ ਨਹੀਂ ਕੀਤੀ ਹਾਂ ਜੇ ਜਿਸ ਸਟੇਟ ਜਾਂ ਜਿਸ ਸਿਟੀ ਚ ਇਹ ਨੇ ਜੇ ਉੱਥੇ ਸਿੱਖ ਕਮਿਊਨਿਟੀ ਹੈ ਔਰ ਉਥੇ ਬਾਕੀਆਂ ਨੇ ਵੀ ਕੋਈ ਨਾ ਕੋ ਉਹਨਾਂ ਦੇ ਨਾਲ ਹਮਦਰਦੀ ਦਾ ਜਾਂ ਦੂਜਾ ਪ੍ਰਗਟਾਵਾ ਕੀਤਾ ਹੋਏ ਉਹਨਾਂ ਦਾ ਤਾਂ ਚਲ ਬਣ ਸਕਦਾ ਹੈ ਕਿ ਵੀ ਤੁਸੀਂ ਉਹਨਾਂ ਦੀ ਫੈਮਿਲੀ ਨੂੰ ਗੁਰਦੁਆਰਾ ਸਾਹਿਬ ਸੱਦਿਓ ਜਾਂ ਇਵਨ ਉਥੇ ਕੋਈ ਉਹਨਾਂ ਦੀ ਯਾਦ ਪਾਠ ਵੀ ਰੱਖਿਆ ਜਾਂਦਾ ਹੈ ਉਹ ਵਰਥ ਹੈ ਬਟ ਇਸ ਲੈਵਲ ਤੇ ਜਾ ਕੇ ਕਿਉਂਕਿ ਹੋਰ ਵੀ ਬਹੁਤ ਸਾਰੇ ਫੈਕਟਰ ਨੇ ਜਿਨ੍ਹਾਂ ਦਾ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਔਰ ਬਹੁਤ ਵਾਰੀ ਇਸ ਕਿਸਮ ਦੇ ਵਾਕਿਆ ਬੜੇ ਪ੍ਰਾਈਵੇਟ ਕਿਸਮ ਦੇ ਹੁੰਦੇ ਨੇ ਫੈਮਿਲੀਜ਼ ਵੀ ਉਹਦੇ ਚ ਜਿਹੜੀਆਂ ਨੇ ਉਹ ਨਹੀਂ ਇਨਵੋਲਵ ਹੁੰਦੀਆਂ ਉਹ ਆਪਣੇ ਸ਼ੌਕ ਨੂੰ ਪ੍ਰਾਈਵੇਟ ਰੱਖਣਾ ਚਾਹੁੰਦੀਆਂ ਜੀ ਹੁਣ ਜਿਵੇਂ ਜਿਹੜਾ ਦੂਸਰਾ ਉਹਨਾਂ ਦੇ ਕਬਜ਼ੇ 'ਚ ਹੈ ਸ਼ਾਇਦ ਉਹ ਵੀ ਪੱਤਰਕਾਰ ਹੈ ਜਾਂ ਅਬਡਕਟ ਕੀਤਾ ਹੋਇਆ ਅਮਰੀਕਨ ਹੈ ਉਹਦੀ ਮਾਂ ਨੇ ਕੱਲ ਕੱਲ ਹੀ ਸੀ ਜਿਵੇਂ ਉਹਨੇ ਅਪੀਲ ਕੀਤੀ ਹੈ ਜਿਹੜੇ ਉੱਥੋਂ ਦੇ ਜਿਹਾਦੀ ਨੇ ਕਿ ਮੇਰੇ ਪੁੱਤਰ ਨੂੰ ਛੱਡੋ ਉਹਦੀ ਸਪੈਸ਼ਲ ਵੀਡੀਓ ਉਹਨਾਂ ਨੇ ਹੈਂਡਓਵਰ ਕੀਤੀ ਹੈ ਸ਼ਾਇਦ ਨਿਊਯਾਰਕ ਟਾਈਮਜ਼ ਨੂੰ ਉਹ ਅੱਗੇ ਉਹਨਾਂ ਤੱਕ ਪਹੁੰਚਾਣਗੇ ਸੋ ਕਈ ਚੀਜ਼ਾਂ ਇੱਥੇ ਤਾਂ ਕਿ ਦੂਸਰਿਆਂ ਦਾ ਅਗੋਂ ਹੋਰ ਨੁਕਸਾਨ ਨਾ ਹੋਏ ਕਈ ਗੱਲਾਂ ਮਾੜੀਆਂ ਵਾਪਰਨ ਦੇ ਬਾਵਜੂਦ ਉਹਨੂੰ ਇੱਥੇ ਪ੍ਰੋਪਗੇਟ ਨਹੀਂ ਕਰਦੇ ਤਾਂ ਕਿ ਬਾਕੀਆਂ ਦੀ ਲਾਈਫ ਇਨ ਡੇਂਜਰ ਨਾ ਹੋਏ ਜੀ ਸੋ ਅਸੀਂ ਸਾਡੀ ਪੂਰੀ ਹਮਦਰਦੀ ਹੈ ਉਹਨਾਂ ਦੇ ਨਾਲ ਤੇ ਮੈਂ ਵੀਰ ਮੇਘ ਰਾਜ ਸਿੰਘ ਦਾ ਵੀ ਧੰਨਵਾਦ ਕਰਦਾ ਕਿ ਉਹ ਪੂਰਾ ਇੱਕ ਸਿੱਖ ਦੇ ਤੌਰ ਤੇ ਉਹਨਾਂ ਨੇ ਕੰਪੈਸ਼ਨ ਜਾਂ ਦਇਆ ਜਿਹੜੀ ਹੈ ਉਸ ਭਾਵ ਦਾ ਪ੍ਰਗਟਾ ਕੀਤਾ ਜੀ ਡਾਕਟਰ ਸਸ ਨਾਲ ਲੈਨੇ ਆ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਵਕਤ ਤੇ ਬਾਤ